ਮੈਂ ਇੰਨਾ ਕਹਿੰਦਾ, ਮੈਂ ਤਾਂ ਹਜੇ ਅੱਧਾ ਦਿਨ ਲੋਕਾਂ ਨੂੰ ਆਪਣੇ ਲੁਧਿਆਣੇ ਵਾਲਿਆਂ ਨੂੰ ਦੱਸਿਆ, ਤੁਹਾਨੂੰ ਵੀ ਪਤਾ ਤੁਸੀਂ ਵੀ ਮੇਰੇ ਨਾਲ ਅੱਜ ਦੇ ਥੋੜ੍ਹੀ ਹੋ ਯਾਰ ਦੱਸ ਆਪਾਂ, ਮੈਂ ਮਾਫ਼ੀ ਮੰਗਦਾ ਆ ਜਿਹੜਾ ਕਿਉਂਕਿ ਸਿਕਿਉਰਿਟੀ ਦਾ ਐਸਾ ਇੰਤਜ਼ਾਮ ਹੁੰਦਾ ਹੈ, ਮੈਂ ਮਾਫ਼ੀ ਮੰਗਦਾ, ਮੈਂ ਕਹਿ ਕੇ ਤੁਹਾਡੇ ਮੂਹਰੇ ਥੱਕ ਗਿਆ, ਕਈ ਗੱਲਾਂ ਨਹੀਂ ਮੰਨਦੇ ਇਹ, ਪਰ ਅੱਜ ਲੁਧਿਆਣਾ ਇੱਕ ਹੋ ਗਿਆ, ਕਿਸੇ ਪਾਰਟੀ ਦਾ ਨਹੀਂ ਰਿਹਾ, ਅੱਜ ਲੁਧਿਆਣਾ ਇੱਕ ਹੋ ਗਿਆ, ਅਤੇ ਨਵੇਂ ਵੀ ਸਭ ਤੋਂ ਵੱਧ ਉਹ ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ, ਮੋਦੀ ਸਾਹਿਬ, ਅਮਿਤ ਸ਼ਾਹ ਜੀ, ਜਿਨ੍ਹਾਂ ਦੇ ਕਰਕੇ ਮੈਂ ਪਾਰਟੀ 'ਚ ਆਇਆ, ਅਤੇ ਜਿਨ੍ਹਾਂ ਨੇ ਇਹ ਕਿਹਾ ਵੀ ਪੰਜਾਬ ਜਾ ਕੇ ਸਾਂਭਲਾ, ਅਤੇ ਨੱਡਾ ਸਾਹਿਬ, ਜਾਖੜ ਸਾਹਿਬ, ਲੁਧਿਆਣੇ ਦੀ ਸਾਰੀ ਟੀਮ ਜਿਨ੍ਹਾਂ ਨੇ ਮੈਨੂੰ ਆਪਣੀ ਝੋਲੀ 'ਚ ਪਾਇਆ, ਇਹਨਾਂ ਦਾ ਧੰਨਵਾਦ ਸਭ ਤੋਂ ਵੱਧ ਆ ਜਿਨ੍ਹਾਂ ਨੇ ਮੈਨੂੰ ਕਬੂਲਿਆ, ਅਤੇ ਉਦੋਂ ਬਾਅਦ ਅੱਜ ਦੂਜੀ ਪਾਰਟੀਆਂ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਪਰ ਅੱਜ ਕਿਸੇ ਪਾਰਟੀ ਕੋਲ ਕੈਂਡੀਡੇਟ ਨਹੀਂ ਲੱਭ ਰਿਹਾ, ਗੱਲ ਇੰਨੀ ਕੈਂਡੀਡੇਟ ਹੀ ਨਹੀਂ ਗਾ ਕੋਈ ਮੁਕਾਬਲਾ ਕਿਹਦੇ ਨਾਲ ਆ।